ਹਾਂਜੀ ਕਿੱਦਾਂ ਸਾਰੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਧਿਆਨ ਨਾਲ ਸੁਣਿਓ ਤੇ ਸਾਰੇ ਸ਼ੇਅਰ ਵੀ ਕਰਿਓ ਆਪਣੀਆਂ ਪੰਜਾਬੀ ਕੁੜੀਆਂ ਦੀਆਂ ਮੌਤਾਂ ਬਹੁਤ ਹੋ ਰਹੀਆਂ ਕੈਨੇਡਾ 'ਚ ਐਕਸੀਡੈਂਟਾਂ ਨਾਲ ਮੈਂ ਕਿਸੇ ਵੀ ਕੁੜੀ ਦੀ ਤਸਵੀਰ ਨਹੀਂ ਦਿਖਾਉਣੀ ਤੁਹਾਨੂੰ ਦਿਖਾਉਣਾ ਨਿਊਜ਼ ਆਪਣੀਆਂ ਪੰਜਾਬੀ ਕੁੜੀਆਂ ਇੱਥੇ ਐਕਸੀਡੈਂਟ ਕਿਉਂ ਹੁੰਦੇ ਆ ਤੁਹਾਨੂੰ ਮੈਂ ਦੱਸਦਾ ਸੋ ਸਭ ਦੀਆਂ ਧੀਆ ਭੈਣਾਂ ਕੈਨੇਡਾ ਆਈਆਂ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਇੱਥੇ ਮੌਤਾਂ ਜ਼ਿਆਦਾਤਰ ਕੁੜੀਆਂ ਦੀਆਂ ਹੋਣੀਆਂ ਐ ਐਕਸੀਡੈਂਟਾਂ 'ਚ ਗੱਡੀਆਂ ਥੱਲੇ ਆ ਕੇ ਉਹਦੇ ਕਾਰਨ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਘੁੰਮਦਾ ਫਿਰਦਾ ਰਹਿਣਾ ਦੇਖਦਾ ਰਹਿਣਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕੁਝ ਤਸਵੀਰਾਂ ਜਿਹੜੀਆਂ ਕੁੜੀਆਂ ਮਰ ਚੁੱਕੀਆਂ ਉਹਨਾਂ ਦੀਆਂ ਨਿਊਜ਼ ਪਰ ਮੈਂ ਕਿਸੇ ਵੀ ਕੁੜੀ ਦੀ ਤਸਵੀਰ ਨਹੀਂ ਦਿਖਾਉਣੀ ਚਿਹਰਾ ਜੋ ਵੀ ਆ ਕਿਉਂਕਿ ਆਪਾਂ ਨੂੰ ਲੋਕਾਂ ਕੋ ਲਾਈਕਾਂ ਦੀ ਭੁੱਖ ਨਹੀਂ ਵਿਊ ਦੀ ਭੁੱਖ ਨਹੀਂ ਹਾਂਜੀ ਅੰਨਾ ਵੀ ਨਹੀਂ ਕੋਈ ਇਨਸਾਨ ਗਿਰ ਜਾਂਦਾ ਤੁਹਾਨੂੰ ਮੈਂ ਦਿਖਾਉਣਾ ਤੇ ਬਾਈ ਜੀ ਚੱਕਰ ਇਹ ਆ ਹੁਣ ਇਹ ਜਿਹੜੀਆਂ ਇਸ ਜਹਾਨ ਤੋਂ ਤੁਰ ਗਈਆਂ ਆ ਨਿਊਜ਼ ਸੁਣੋ ਇਹ ਮੌਂਟਰੀਅਲ ਚ ਮਰੀ ਆ ਕੁੜੀ ਆਪਣੀ ਪੰਜਾਬੀ ਕਿੱਦਾਂ ਹੋਇਆ ਬੱਸ ਚੋਂ ਉਤਰੀ ਤੇ ਸਾਹਮਣੇ ਟਰੱਕ ਆ ਗਿਆ ਟਰੱਕ ਦੇ ਟਾਇਰਾਂ ਚ ਪਿਸਕੇ ਤੁਸੀਂ ਸੋਚ ਲਓ ਕਿੰਦਾ ਦੀ ਮੌਤ ਆਈ ਹੋਗੀ ਉਹਦੀ 3 ਸਾਲ ਦੀ ਆਪਣੀ ਕੁੜੀ ਆ ਇਹ ਲੇਟੈਸਟ ਕੁੜੀ ਦੀ ਮੌਤ ਹੋਈ ਮੋਂਟਰੀਅਲ ਚ ਹੁਣ ਇਹ ਜਿੰਨੀਆਂ ਵੀ ਮਰੀਆਂ ਮੈਂ ਨਹੀਂ ਕਹਿੰਦਾ ਇਹਨਾਂ ਦਾ ਕਸੂਰ ਸੀ ਡਰਾਈਵਰਾਂ ਦਾ ਵੀ ਕਸੂਰ ਹੁੰਦਾ ਪਰ ਘੱਟੋ ਘੱਟ ਆਪਾਂ ਆਪਣੇ ਵੱਲ ਤਾਂ ਦੇਖੀਏ ਇੱਥੇ ਮੋਸਟਲੀ ਕੁੜੀਆਂ ਕੀ ਕਰਦੀਆਂ ਇਸ ਕੌੜਾ ਸੱਚ ਆ ਕੌੜਾ ਸੱਚ ਐ ਕਿਸੇ ਤੋਂ ਵੀ ਪੁੱਛ ਲਿਓ ਇੱਥੇ ਮੈਂ ਟਿਕਟੋਕ ਤੇ ਵੀ ਵੀਡੀਓ ਬਾਈ ਉੱਚ ਵੀ ਕਮੈਂਟ ਪਾ ਲਿਓ ਸਾਰੇ ਕਹਿੰਦੇ ਇਦਾਂ ਹੀ ਹੁੰਦਾ ਹੋਸਟਲ 'ਚ ਜਿਹੜੀਆਂ ਕੁੜੀਆਂ ਆਈਆਂ ਆ ਵਿਦਿਆਰਥੀ ਕੁੜੀਆਂ ਹਾਂਜੀ ਠੰਡ ਹੁੰਦੀ ਆ ਸਿਰ ਤੇ ਕੋਟ ਦੀ ਉਹ ਟੋਪੀ ਜੀ ਬਹੁਤ ਵੱਡੀ ਹੁੰਦੀ ਆ ਝੁੱਲ ਜੇ ਅੰਗੂ ਉਹਨਾਂ ਵਾਲਾ ਦਵਾਲਾ ਨਹੀਂ ਦੀਦਾ ਉਹ ਲਈਏ ਹੁੰਦੀ ਆ ਤੇ ਧਿਆਨ ਫੋਨ 'ਚ ਹੁੰਦਾ ਕੰਨਾਂ 'ਚ ਹੈੱਡਫੋਨ ਹੁੰਦੇ ਭਾਵੇਂ ਜਿੰਨੇ ਮਰਜ਼ੀ ਹਾਰਨ ਮਾਰ ਲਓ ਇੱਥੇ ਦਾ ਇਹ ਕੌੜਾ ਸੱਚ ਐ ਮੈਂ ਅੱਗੇ ਵੀ ਕਿਹਾ ਸੀ ਵੀ ਇੱਥੇ ਕੁੜੀਆਂ ਦੀ ਮੌਤ ਹੁੰਨੀ ਜ਼ਿਆਦਾਤਰ ਗੱਡੀਆਂ ਦੇ ਥੱਲੇ ਆ ਕੇ ਹਾਂਜੀ ਸੋ ਇਥੇ ਬਾਈ ਜੀ ਜਦੋਂ ਆਪਾਂ ਲਾਈਟ ਦੱਬਦੇ ਆ ਪੈਡੈਸਟਰੀਅਨ ਨੂੰ ਪਹਿਲ ਤਾਂ ਹੈਗੀ ਆ ਪਰ ਆਲੇ ਦੁਆਲੇ ਦੇਖਣਾ ਚਾਹੀਦਾ ਆਲੇ ਦੁਆਲੇ ਦੇਖ ਕੇ ਤੁਰਨਾ ਚਾਹੀਦਾ ਵੀ ਕੋਈ ਗੱਡੀ ਤਾਂ ਨਹੀਂ ਆਉਂਦੀ ਕਈ ਵਾਰ ਕਈ ਹੁੰਦੇ ਪੀਲੀ ਲਾਈਟ ਚੋਂ ਨਗਾ ਦਈਏ ਇਦਾਂ ਆ ਮੈਂ ਤੁਹਾਨੂੰ ਸਾਰੀਆਂ ਨਿਊਜ਼ ਦੇਖਿਓ ਹਾਂਜੀ ਸਾਰੀਆਂ ਜੀ ਪੰਜਾਬੀ ਕੁੜੀਆਂ ਕੌਰ ਦੇਖ ਸਕਦੇ ਆ ਮੈਂ ਤੁਹਾਨੂੰ ਸਾਰੀਆਂ ਨਿਊਜ਼ ਧਿਆਨ ਦਿਓ ਸੋ ਇਹ ਕੋਈ ਕੋਇਨਸੀਡੈਂਸ ਤਾਂ ਹੋ ਨਹੀਂ ਸਕਦਾ ਵੀ ਹਾਂਜੀ ਸੋ ਫੇਰ ਉਹੀ ਗੱਲ ਹੈ ਜਿਹੜੀਆਂ ਇਸ ਜਹਾਨ ਤੋਂ ਤੁਰ ਗਈਆਂ ਆ ਮੈਂ ਨਹੀਂ ਕਹਿੰਦਾ ਉਹਨਾਂ ਦੀ ਮਿਸਟੇਕ ਆ ਪਰ ਤੁਸੀਂ ਇਹ ਵੀਡੀਓ ਸ਼ੇਅਰ ਕਰਕੇ ਜਿਹੜੀਆਂ ਅਜੇ ਹੁਣ ਜੋ ਲੋਕ ਰੋਡ ਕ੍ਰੋਸ ਕਰਦੇ ਉਹਨਾਂ ਨੂੰ ਥੋੜਾ ਵੇਅਰ ਕਰਦੋ ਵੀ ਥੋੜਾ ਧਿਆਨ ਨਾਲ ਬਾਈ ਜੀ ਕੈਨੇਡਾ ਦੇ ਬੈਂਕਾਂ ਨੇ ਵਿਆਜ ਦਰ ਹੋਰ ਵਧਾ ਦਿੱਤੀ ਐ ਲੋਕ ਇੱਥੇ ਮੋਸਟਲੀ ਸਟ੍ਰੈਸ 'ਚ ਹੀ ਕਾਰਾਂ ਚਲਾਈ ਜਾਂਦੇ ਆ ਸੋ ਇਹ ਨਹੀਂ ਵੀ ਬਾਈ ਜੀ ਬੱਤੀ ਜਗ ਗਈ ਐ ਤੇ ਸਾਨੂੰ ਪਹਿਲ ਐ ਤੇ ਚਲੋ ਜੀ ਮੂੰਹ ਚੱਕ ਕੇ ਤੁਰ ਪੋ ਆ ਤੁਹਾਨੂੰ ਨਿਊਜ਼ ਦਿਖਾਉਣਾ ਆ ਵੀ ਇੱਥੇ ਕੁੜੀ ਇੱਕ ਮਰੀ ਸੀ ਪੰਜਾਬੀ ਹਾਂਜੀ ਵਿਦਿਆਰਥੀ ਆਈ ਸੀ ਇਹ ਵੀ 2-3 ਮਹੀਨੇ ਹੋ ਗਏ ਸਟਰਾਬਰੀ ਹਿੱਲ ਸਿਨੇਮੇ ਦੇ ਕੋਲ ਮਰੀ ਹਾਂਜੀ ਇਹ ਹੋਰ ਤੁਹਾਨੂੰ ਦਿਖਾਉਣਾ ਸੋ ਲਓ ਜੀ ਪੰਜਾਬੀ ਵੂਮੈਨ ਜੰਗ ਵੂਮੈਨ ਡੈਸ਼ਡ ਇਨ ਐਕਸੀਡੈਂਟ ਇਨ ਟ੍ਰਾਂਟੋ ਨਵਨੀਤ ਕੌਰ ਇਸ ਦੀ ਮੌਤ ਹੋਈ ਸੀ ਹਾਂਜੀ ਤੇ ਲਓ ਜੀ ਰਵਨੀਤ ਕੌਰ ਐਸਡੀ ਮੌਤ ਹੋਈ ਸੀ ਹਾਂਜੀ 31 ਸਾਲ ਦੀ ਉਹਦੇ ਦੋ ਪੁੱਤ ਸੀ ਵਿਚਾਰੀ ਦੇ ਹਾਂਜੀ ਦੋ ਸੰਨ 7 ਤੇ 5 ਸਾਲ ਦੇ 7 ਤੇ 1 ਸਾਲ ਦਾ ਹਾਂਜੀ ਰਵਨੀਤ ਕੌਰ ਨਵਨੀਤ ਕੌਰ ਹਾਂਜੀ ਸਾਰਾ ਦੇਖੀ ਚਲੋ ਇਹ ਕੋਈ ਕੋਇਨਸੀਡੈਂਟ ਨਹੀਂ ਸਿਮਰ ਸਿਮਰਨਜੀਤ ਕੌਰ ਹਾਂਜੀ ਸਿਮਰਨਜੀਤ ਕੌਰ ਐਂਡ ਨਵਨੀਤ ਕੌਰ ਹਾਂਜੀ ਇਹਨਾਂ ਦੀ ਮੌਤ ਹੋਈ ਗੱਡੀ ਥੱਲੇ ਆ ਕੇ ਹਾਂਜੀ ਤੇ ਆ ਇੱਕ ਆਫਟਰ ਦਾ ਇਨਸੀਡੈਂਟ ਆਈ ਐਮ ਸਕੇਅਰ ਟੂ ਕ੍ਰੋਸ ਦਾ ਰੋਡ ਸਟੂਡੈਂਟ ਸੈਡ ਹਾਂਜੀ ਇਹ ਵੀ ਦੇਖ ਸਕਦੇ ਕੌਰ ਇਹ ਵੀ ਗੱਡੀ ਥੱਲੇ ਆਈ ਨਰਿੰਦਰ ਐਂਡ ਕਲਜੀਤ ਕੌਰ ਹਾਂਜੀ ਇਹ ਸੋ ਡਾਊਨ टाउन ਸਕੈਮਚੇ ਦੋ ਆਪਣੀਆਂ ਪੰਜਾਬੀ ਕੁੜੀਆਂ ਹਾਂਜੀ ਗੁਰਪ੍ਰੀਤ ਕੌਰ ਸੰਘਾ ਐਂਡ ਕਲਜੀਤ ਕੌਰ ਉਹ ਆਈਆਂ ਸੀ ਗੱਡੀ ਥੱਲੇ ਹਾਂਜੀ ਤੇ ਇੱਕ ਕੁੜੀ ਦੀ ਡੈਥ ਹੋਈ ਸੀ ਸੰਦੀਪ ਕੌਰ ਵਿਚਾਰੀ ਨਵੀਂ ਨਵੀਂ ਆਈ ਸੀ ਵਿਦਿਆਰਥੀ ਕੈਨੇਡਾ ਚ ਕਿੰਨੇ ਸੁਪਨੇ ਲੈ ਕੇ ਆਈ ਸੀ ਤੇ ਮਰ ਗਈ ਸੀ ਪ੍ਰਿੰਸ ਜੋਰਜ ਚ ਬ੍ਰਿਟਿਸ਼ ਕਲੰਬੀਆ ਚ ਹਾਂਜੀ ਤੇ ਉਹਦੀ ਡਰਾਈਵਰ ਸੀਗੀ 47 ਸਾਲ ਦੀ ਵੂਮੈਨ ਹਾਂਜੀ ਓਕੇ ਸੋ ਇਹ ਕੋਈ ਕੋਇਨਸੀਡੈਂਟ ਨਹੀਂਗਾ ਭਈ ਯਾਰ ਭਈ ਹਨਾ ਸੋ ਜਿਹੜੇ ਮੁੰਡੇ ਆ ਉਹ ਲਾਈਕ ਹਾਰਟ ਟੈਗ ਨਾਲ ਮਰੀ ਜਾਂਦੇ ਆ ਕੁੜੀਆਂ ਗੱਡੀਆਂ ਥੱਲੇ ਆ ਕੇ ਮਰੀ ਜਾਂਦੀਆਂ ਆ ਆ ਦੇਖ ਲਓ ਇੱਕ ਕੁੜੀ ਹੋਰ ਸੀ ਉਲੇ ਪ੍ਰਿੰਸ ਜੋਰਜ ਸਵਾ ਲੱਖ ਡਾਲਰ ਇਕੱਠਾ ਕੀਤਾ ਸੀ ਉਹਦਾ ਵੀ ਬਹੁਤ ਭੈਣਕਾ ਐਕਸੀਡੈਂਟ ਹੋਇਆ ਸੀਗਾ ਹਾਂਜੀ ਸਵਾ ਲੱਖ 1 ਲੱਖ 30 ਹਜ਼ਾਰ ਡਾਲਰ ਉਹ ਲਈ ਇੱਥੇ ਇਕੱਠੇ ਕੀਤੇ ਸੀਗੇ ਸੋ ਇਹ ਆ ਜੀ ਹਿਸਾਬតាម ਜੋ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਸੋ ਪ੍ਰਭੂ ਹੱਥ ਜੋੜ ਕੇ ਬੇਨਤੀ ਕਰ ਸਕਦਾ ਆ ਸੋ ਸਭ ਦੇ ਪਰਿਵਾਰ ਚ ਕੋਈ ਨਾ ਕੋਈ ਕੁੜੀ ਤਾਂ ਆਈ ਹੋਈ ਆ ਸੋ ਮੈਂ ਫੇਰ ਉਹੀ ਗੱਲ ਜਿਨ੍ਹਾਂ ਦੀ ਮੌਤ ਹੋ ਗਈ ਮੈਂ ਨਹੀਂ ਕਹਿੰਦਾ ਉਹਨਾਂ ਦਾ ਕਸੂਰ ਸੀ ਡਰਾਈਵਰਾਂ ਦਾ ਵੀ ਕਸੂਰ ਹੁੰਦਾ ਆ ਸੋ ਲੋਕ ਇੱਥੇ ਕਾਲੀਆਂ ਚ ਬਹੁਤ ਆ ਹਾਂਜੀ ਸੋ ਸਟ੍ਰੈਸ ਵਿੱਚ ਬਹੁਤ ਆ ਹਾਂਜੀ ਸੋ ਉਹੀ ਗੱਲ ਆ ਆਪਾਂ ਇਹ ਨਾ ਸਮਝੀਏ ਕਿ ਜਿੱਥੋਂ ਰੋਡ ਕ੍ਰੋਸ ਕਰਨਾ ਜੈਬਰਾ ਲਾਈਨ ਆ ਵੀ ਬਟਨ ਦੱਬਿਆ ਤੇ ਸਾਨੂੰ ਲਾਈਟ ਹੋ ਗਈ ਤੁਰੰਦੀ ਤੇ ਆਪਾਂ ਝੱਟ ਮੂੰਹ ਦੇ ਕੇ ਤੁਰ ਪਏ ਹਾਂਜੀ ਮੈਂ ਤੁਹਾਨੂੰ 3600 ਫੁੱਟਾਂ ਮਾ ਖਿੱਚ ਕੇ ਦਿਖਾ ਸਕਦਾ ਪੰਜਾਬੀ ਕੁੜੀਆਂ ਮੋਸਟਲੀ ਜਿਹੜੀਆਂ ਪੈਡੈਸਟਰੀਅਨ ਦੀ ਜੈਬਰਾ ਕ੍ਰੋਸ ਕਰਦੀਆਂ ਆ ਸਿਰ ਤੇ ਐਡਾ ਵੱਡਾ ਕੋਟ ਦੀ ਟੋਪੀ ਜੀ ਹੁੰਦੀ ਐ ੱਡੀ ਵੱਡੀ ਹਾਂਜੀ ਧਿਆਨ ਉਹਨਾਂ ਦਾ ਫੋਨ 'ਚ ਹੁੰਦਾ ਤੇ ਕੰਨ 'ਚ ਹੈੱਡਫੋਨ ਹੁੰਦੇ ਆ ਇਹ ਸੱਚ ਆ ਫਿਰ ਮੈਂ ਕਹਿੰਦਾ ਮੇਰੀਆਂ ਵੀਡੀਓ ਜਿਹੜੇ ਸੁਣਦੇ ਮੈਂ ਅੱਗੇ ਵੀ ਕਿਹਾ ਸੀ ਵੀ ਬਹੁਤ ਪੰਜਾਬੀ ਕੁੜੀਆਂ ਦੀਆਂ ਮੌਤ ਹੋਣੀਆਂ ਰੋਡ ਐਕਸੀਡੈਂਟ 'ਚ ਹੋਣ ਨੂੰ ਮੇਰੀ ਵੀ ਰੋਡ ਐਕਸੀਡੈਂਟ ਹੋ ਸਕਦੀ ਏ ਜ਼ਰੂਰੀ ਨਹੀਂ ਤੇ ਮੈਂ ਬਹੁਤ ਸਿਆਣਾ ਆ ਉਹੀ ਗੱਲ ਆ ਧਿਆਨ ਨਾ ਕਰੋਸ ਕਰੋ ਸੋ ਇੱਥੇ ਇਹ ਹਸਾਬ ਕਿਤਾਬ ਆ ਹੁਣ ਇਹ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਜਿਨ੍ਹਾਂ ਦੇ ਨਿਆਣੇ ਆਇਓ ਆ ਕੈਨੇਡਾ 'ਚ ਉਹਨਾਂ ਨੂੰ ਦੱਸ ਦਿਓ ਇੱਕ ਵਾਰੀ ਵੀ ਥੋੜਾ ਧਿਆਨ ਰੱਖਿਆ ਕਰੋ ਜਦੋਂ ਤੁਰਨਾ ਹੁੰਦਾ ਰੋਡ ਕ੍ਰੋਸ ਕਰਨਾ ਹੁੰਦਾ ਫੇਰ ਉਹੀ ਗੱਲ ਆ ਤੇ ਇੱਧਰ ਚੀਨੇ ਆਇਓ ਆ ਉਹਨਾਂ ਨੂੰ ਵੀ ਨਹੀਂ ਡਰਾਈਵਰੀ ਆਉਂਦੀ ਆਉਂਦੀ ਤਾਂ ਮੈਨੂੰ ਵੀ ਨਹੀਂ ਤੇ ਬਾਕੀ ਸਟ੍ਰੈਸ ਬਹੁਤ ਆ ਇੱਥੇ ਲੋਕਾਂ ਨੂੰ ਸੋ ਧਿਆਨ ਉਹਨਾਂ ਦਾ ਹੋਰ ਪਾਸੇ ਹੁੰਦਾ ਵੀ ਇਹਦੀ ਕਿਸ਼ਤ ਦੇਣੀ ਆ ਇਹਦੀ ਕਿਸ਼ਤ ਦੇਣੀ ਆ ਮਹਿੰਗਾਈ ਹੋ ਗਈ ਆ ਉਹ ਮਹਿੰਗਾਈ ਹੋ ਗਈ ਆ ਤੁਹਾਨੂੰ ਰਫਲੀ ਆਈਡੀਆ ਦੇ ਦਿਨਾ ਸੋ ਘਰਾਂ ਦੀ ਕਿਸ਼ਤ ਜੇ ਕੋਈ 5000 ਦਿੰਦਾ ਸੀ ਉਹਨਾਂ ਦੇ ਘਰ ਦੀ ਕਿਸ਼ਤ 6500 ਹੋ ਗਈ ਆ ਤੁਸੀਂ ਆਪ ਹਿਸਾਬ ਲਾ ਲਓ 1500 2000 ਡਾਲਰ ਵਾਧੂ ਮਹੀਨੇ ਦੇ ਮਹੀਨੇ ਆਉਣ ਲੱਪੈਣਾ ਇਨਕਮ ਉੰਨੀ ਦੀ ਉੰਨੀ ਆ ਤੇ ਮਹਿੰਗਾਈ ਜਿਹੜੀ ਖਾਣ ਪੀਣ ਦੀ ਆ ਬਸ ਤਾਂ ਉਹਦੀ ਬਖਰੀ ਆ ਸਹੀ ਆ ਨਾ ਇਹ ਜ਼ਰੂਰੀ ਨਹੀਂ ਵੀ ਜਿਹੜਾ ਡਰਾਈਵਰੀ ਕਰਦਾ ਉਹਦਾ ਧਿਆਨ ਡਰਾਈਵਰੀ 'ਚ ਹੀ ਆ ਸੋ ਮਾਈਂਡ ਕਿਸੇ ਹੋਰ ਪਾਸੇ ਹੁੰਦਾ ਫੇਰ ਉਹੀ ਗੱਲ ਆ ਵੱਧੋ ਵੱਧੇ ਵੀਡੀਓ ਸ਼ੇਅਰ ਕਰਿਓ ਜਾਗਰੂ ਕਰਿਓ ਸਾਰਿਆਂ ਨੂੰ ਬਾਕੀ ਫੇਰ ਉਹੀ ਗੱਲ ਆ ਕਿਉਂਕਿ ਜੋੜੀਆਂ ਮੋਸਟਲੀ ਵਿਦਿਆਰਥੀ ਵਰਦਿਆਰਥਣ ਆਈਆਂ ਉਹ ਤਾਂ ਫੇਸਬੁਕ ਚਲਾਉਂਦੀਆਂ ਹੀ ਨਹੀਂ ਗੀਆਂ ਫੇਰ ਮੈਂ ਤੁਹਾਨੂੰ ਦੱਸ ਦਿੰਦਾ ਕੁਝ ਦਿਨਾਂ ਤੱਕ ਫੇਰ ਮੈਨੂੰ ਨਿਊਜ਼ ਦੇਣੀ ਪੈਣੀ ਆ ਵੀ ਇੱਕ ਹੋਰ ਕੁੜੀ ਸੜਕ ਹਾਸੇ ਦੀ ਭੇਟ ਚੜੀ ਮੈਂ ਨਹੀਂ ਚਾਹਨਾ ਇਹ ਨਿਊਜ਼ ਆਵੇ ਪਰ ਇਹ ਵਰਤਾਰਾ ਵਰਤੀ ਜਾਣਾ ਇਦਾਂ ਹੀ ਜਦੋਂ ਤੱਕ ਆਪਾਂ ਅਵੇਅਰ ਨਹੀਂ ਕਰਦੇ ਗਾਂ ਦੀ ਗਾਂ ਤੇ ਜਾਂਦਾ ਜਾਂਦਾ ਇੱਕ ਹੋਰ ਨਿਊਜ਼ ਦੇ ਦਵਾਂ ਇੱਥੇ ਸਰੀਚੀ ਇੱਕ ਔਰਤ ਦੀ ਹੱਤਿਆ ਕਰਤੀ ਚਾਕੂ ਮਾਰ ਕੇ ਰਾਤੀ ਤੇ ਅਜੇ ਪੁਲਿਸ ਨੇ ਔਰਤ ਦਾ ਨਾਂ ਨਹੀਂ ਦੱਸਿਆ 99% ਸ਼ੱਕ ਹੈ ਕਿ ਪੰਜਾਬੀ ਕੁੜੀ ਸੀ ਤੇ ਜਿਹੜਾ ਮਾਰਨ ਵਾਲਾ ਉਹ ਵੀ ਪੰਜਾਬੀ ਇੱਕ ਦੂਜੇ ਨੂੰ ਜਾਣਦੇ ਸੀ ਜਿਹੜਾ ਇਲਾਕਾ 127 ਤੇ 66 ਉਹ ਪੰਜਾਬੀਆਂ ਦਾ ਹੀ ਆ ਸਾਰਾ ਸੋ ਹੁਣ ਪਤਾ ਨਹੀਂ ਬਾਈ ਜੀ ਸੋ ਜਿੱਦਾਂ ਵੀ ਨਿਊਜ਼ ਆਈ ਪੀ ਕੁੜੀ ਦਾ ਨਾਂ ਕੀ ਸੀ ਜੋ ਵੀ ਆ ਪੁਲਿਸ ਨੇ ਅਜੇ ਦੱਸਿਆ ਨਹੀਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਚਾਕੂ ਮਾਰ ਕੇ ਉਹਦੀ ਹੱਤਿਆ ਕਰਤੀ ਕੱਲ ਇੱਥੇ ਸਰੀ ਚ 127 ਦਾ 66 ਤੇ ਉਹਨੇ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਫੇਰ ਉਹੀ ਗੱਲ ਇੰਡੀਆ ਚ ਸਵੇਰ ਹੋਈ ਆ ਤੁਸੀਂ ਮਾਰਨਿੰਗ ਮਾਰਨਿੰਗ ਲਿਖਣ ਲੱਪਨ ਨੇ ਆ ਗਰੁੱਪਾਂ ਚ ਇਦਾਂ ਦੀ ਚੀਜ਼ ਸ਼ੇਅਰ ਕਰਦਿਆ ਕਰੋ ਅਵੇਅਰ ਕਰਦੋ ਪਈ ਕਾਲੇ ਕੱਪੜੇ ਜ਼ਿਆਦਾਤਰ ਨਾ ਪਾਇਆ ਕਰੋ ਰਾਤ ਦੇ ਵੇਲੇ ਰਿਫਲੈਕਟਡ ਕੱਪੜੇ ਪਾਓ ਧਿਆਨ ਰੱਖੋ ਰੋਡ ਕ੍ਰੋਸ ਕਰਨ ਲੱਗੇ ਆਪਾਂ ਤਾਂ ਇਹੀ ਕਹਿ ਸਕਦੇ ਆ ਸੋ ਬਸ ਇੰਨਾ ਹੀ ਕਹਿ ਸਕਦੇ ਆ ਤੇ ਹੋਰ ਬਾਕੀ ਮਰਜ਼ੀ ਸਭ ਦੀ ਆਪਣੀ ਆ ਬਾਈ ਜੀ ਹਣਾ ਸੋ ਫੋਟੋਆਂ ਸਾਰੀਆਂ ਕੁੜੀਆਂ ਜਿੰਨੀਆਂ ਦੀ ਮੌਤ ਹੋਈ ਆ ਹੈਗੀਆਂ ਸੀ ਨੈਟ ਤੇ ਫੋਟੋਆਂ ਸਭ ਦੀਆਂ ਸੀ ਪਰ ਮੈਂ ਨਹੀਂ ਚਾਹਣਾ ਪਈ ਚਾਰ ਲਾਈਕਾਂ ਪਿੱਛੇ ਉਹਨਾਂ ਦੀਆਂ ਫੋਟੋਆਂ ਹਾਂਜੀ ਪਈ ਹਾਂ ਪਈ ਜੋ ਵੀ ਆ ਜੋ ਵੀ ਆ ਮਾੜਾ ਹੋਇਆ ਧਿਆਨ ਰੱਖੋ ਤੇ ਕਾਲ ਕਰਕੇ ਆਪਣੇ ਬੱਚਿਆਂ ਨੂੰ ਸਮਝਾ ਦਿਓ ਜ਼ਿੰਦਗੀ ਉਹਨਾਂ ਦੀ ਆ ਮਰਜ਼ੀ ਤੁਹਾਡੀ ਆ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਓਕੇ ਜੀ ਤੇ ਲਿੰਕ ਪਾਉਣਾ ਆਪਣੀ ਵੀ ਸਪੋਰਟ ਕਰ ਦਿਓ ਸ਼ੁਕਰੀਆ ਤੇ ਸਭ ਦਾ ਧੰਨਵਾਦ ਹੈਰੀ ਕੰਗ ਰਾਜਾ ਢੱਟ ਅਵਤਾਰ ਸਿੰਘ ਬੱਬੀ ਮਾਲਾ ਸਾਰੇ ਵੀਰਿਆਂ ਦਾ ਸ਼ੁਕਰੀਆ ਕਰ ਦਿਓ ਸ਼ੇਅਰ ਵੱਧੋ ਵੱਧ ਤੇ ਕਮੈਂਟਾਂ 'ਚ ਆਪਣੇ ਵਿਚਾਰ ਵੀ ਦਿਓ ਧੰਨਵਾਦ